ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਉੱਤੇ। ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾਓ ਅਤੇ ਵੀਡੀਓ ਨੂੰ ਲਾਈਕ ਕਰੋ। ਅਤੇ ਦੋਸਤੋ ਅੱਜ ਅਸੀਂ ਤੁਹਾਡੇ ਲਈ ਜੌਬ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੀ AAI ਕਾਰਗੋ ਲੋਜਿਸਟਿਕਸ ਐਂਡ ਅਲਾਈਡ ਸਰਵਿਸਿਜ਼ ਕੰਪਨੀ ਲਿਮਿਟਡ। ਅਤੇ ਇਹ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਰਿਕਰੂਟਮੈਂਟ ਆ ਇਹ ਏਅਰਪੋਰਟ ਦੇ ਵਿੱਚ ਹੋਣੀ ਹੈ ਜੀ, ਏਅਰਪੋਰਟ ਦੇ ਵਿੱਚ ਆ ਜਿਹੜੀ ਭਰਤੀ ਕੀਤੀ ਜਾਣੀ ਆ। ਅਤੇ ਕਿਹੜੇ ਕਿਹੜੇ ਏਅਰਪੋਰਟਸ ਦੇ ਵਿੱਚ ਕੀਤੀ ਜਾਣੀ ਆ ਦੋਸਤੋ, ਕੀ ਜੋਬ ਕੁਆਲੀਫਿਕੇਸ਼ਨ ਚਾਹੀਦੀ ਆ, ਕੀ ਐਕਸਪੀਰੀਅੰਸ ਚਾਹੀਦਾ, ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਦੋਸਤੋ ਅੱਜ ਅਸੀਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਜੀ, ਮਲਟੀ ਟਾਸਕਿੰਗ ਸਟਾਫ ਹੈ ਜਿਹੜਾ ਏਅਰਪੋਰਟ ਦੇ ਵਿੱਚ ਰੱਖਣਾ ਕੰਟਰੈਕਟ ਬੇਸਿਸ 'ਤੇ ਪੂਰੇ ਇੰਡੀਆ ਦੇ ਵਿੱਚ ਦੋਸਤੋ। ਅਤੇ ਇਹਦੇ ਵਿੱਚ ਕਿਹੜੇ ਕਿਹੜੇ ਏਅਰਪੋਰਟ ਆ ਜਾਂਦੇ ਆ ਜੀ? ਇਹਦੇ ਵਿੱਚ ਆ ਜਾਂਦੇ ਆ ਦੋਸਤੋ ਸੂਰਤ, ਭੋਪਾਲ, ਕੋਲਕਾਤਾ, ਸ਼੍ਰੀਨਗਰ, ਮਦੁਰਾਈ, ਤਿਰੂਪਤੀ, ਵਡੋਦਰਾ, ਰਾਏਪੁਰ, ਉਦੈਪੁਰ, ਰਾਂਚੀ, ਵਿਸ਼ਾਖਾਪਟਨਮ, ਇੰਦੌਰ, ਅੰਮ੍ਰਿਤਸਰ, ਮੰਗਲੌਰ, ਭੁਵਨੇਸ਼ਵਰ, ਅਗਰਤਲਾ, ਪੋਰਟ ਬਲੇਅਰ। ਅਤੇ ਜਿਹੜਾ ਪੰਜਾਬ ਲਈ ਬੈਨੀਫਿਸ਼ੀਅਲ ਹੈ ਜੀ, ਪੰਜਾਬ ਲਈ ਅੰਮ੍ਰਿਤਸਰ ਏਅਰਪੋਰਟ ਹੈ ਜਿਹੜਾ, ਉੱਥੇ 18 ਮਲਟੀ ਟਾਸਕਿੰਗ ਸਟਾਫ ਦੇ ਬੰਦੇ ਰੱਖਣੇ ਆ ਜੀ। ਅਤੇ ਦੋਸਤੋ ਇਹਦੇ ਲਈ ਜਿਹੜੀ ਕੁਆਲੀਫਿਕੇਸ਼ਨ ਆ ਉਹ 10ਵੀਂ ਮੰਗੀ ਗਈ ਆ ਦੋਸਤੋ, 10ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ। ਅਤੇ ਦੋਸਤੋ ਤੁਹਾਨੂੰ ਜਿਹੜਾ ਇੰਗਲਿਸ਼ ਹਿੰਦੀ ਬੋਲਣੀ ਆਉਣੀ ਚਾਹੀਦੀ ਆ, ਤੁਸੀਂ ਈਜ਼ਲੀ ਜਿਹੜਾ ਬੋਲ ਸਕਦੇ ਹੋ ਥੋੜ੍ਹੀ ਬਹੁਤੀ। ਅਤੇ ਉਹਦੇ ਨਾਲ ਤੁਹਾਨੂੰ ਲੋਕਲ ਲੈਂਗੁਏਜ ਜਿਹੜੀ ਕਿ ਪੰਜਾਬੀ ਆ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ। ਦੋਸਤੋ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੋਂ 1 ਸਾਲ ਦਾ ਜਿਹੜਾ ਐਕਸਪੀਰੀਅੰਸ ਮੰਗਿਆ ਗਿਆ ਕਿ ਤੁਸੀਂ ਕਿਸੇ ਏਅਰਪੋਰਟ 'ਤੇ ਕੋਈ ਕੰਮ ਕੀਤਾ ਹੋਵੇ, ਲਗੇਜ ਅਤੇ ਬੈਗੇਜ ਦੇ ਵਿੱਚ ਦੋਸਤੋ ਜਿਵੇਂ ਉਹ ਬੈਗ ਵਗੈਰਾ ਹੁੰਦੇ ਨੇ ਉਹਨਾਂ ਦੀ ਲੋਡਿੰਗ ਕਰਨੀ, ਅਨਲੋਡਿੰਗ ਕਰਨੀ, ਏਅਰਕ੍ਰਾਫਟ ਕੈਬਿਨ ਕਲੀਨਿੰਗ ਏਰੀਆ ਵਿਦ ਐਨੀ ਏਅਰਲਾਈਨਸ ਔਰ ਗਰਾਊਂਡ ਹੈਂਡਲਿੰਗ ਏਜੰਸੀ, ਮਤਲਬ ਏਅਰਪੋਰਟ 'ਤੇ ਕਿਸੇ ਵੀ ਕੋਨੇ 'ਚ ਤੁਸੀਂ ਕੋਈ ਵੀ ਕੰਮ ਕੀਤਾ, ਤੁਹਾਡੇ ਕੋਲ 1 ਸਾਲ ਦਾ ਤਜਰਬਾ, ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਅਤੇ ਦੋਸਤੋ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ILBS ਅਤੇ BCAS ਅਪਰੂਵਡ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੈਗਾ, ਇਹ ਦੋਸਤੋ ਏਅਰਪੋਰਟ ਦੀ ਕੋਈ ਟ੍ਰੇਨਿੰਗ ਵਗੈਰਾ ਹੁੰਦੀ ਹੈ ਉਹਨਾਂ ਦੇ ਸਰਟੀਫਿਕੇਟ ਬਣਦੇ ਨੇ। ਅਤੇ ਜੇਕਰ ਇਹ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ ਕੋਈ ਦਿੱਕਤ ਨਹੀਂ, ਤੁਸੀਂ 10ਵੀਂ ਦੇ ਨਾਲ 1 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਏਅਰਪੋਰਟ ਦਾ ਤਾਂ ਤੁਸੀਂ ਇਹ 'ਚ ਅਪਲਾਈ ਕਰ ਸਕਦੇ ਹੋ ਦੋਸਤੋ। ਅਤੇ ਦੋਸਤੋ ਇਹਦੀ ਅਪਰ ਏਜ ਲਿਮਿਟ ਹੈ ਜਿਹੜੀ 45 ਸਾਲ ਤੱਕ ਅਪਲਾਈ ਕਰ ਸਕਦੇ ਹੋ 18 ਤੋਂ ਲੈ ਕੇ। ਅਤੇ ਤਨਖਾਹ ਜੀ 15 ਤੋਂ 20 ਹਜ਼ਾਰ ਦਿੱਤੀ ਜਾਣੀ ਆ, ਬਾਕੀ ਬਹੁਤ ਤਰ੍ਹਾਂ ਦੇ ਭੱਤੇ ਤੁਹਾਨੂੰ ਦਿੱਤੇ ਜਾਣੇ ਆ। ਅਤੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਦੋਸਤੋ, ਇੰਟਰਵਿਊ ਹੋਣਾ ਜੀ, ਅਤੇ ਉਹਦੀ ਜਿਹੜੀ ਡੇਟ ਟਾਈਮ ਆ ਉਹ ਤੁਹਾਨੂੰ ਵੈਬਸਾਈਟ 'ਤੇ ਦੱਸ ਦਿੱਤਾ ਜਾਵੇਗਾ। ਅਤੇ ਇਸ ਤੋਂ ਇਲਾਵਾ ਦੋਸਤੋ ਇਹਦੀ ਲਾਸਟ ਡੇਟ ਦੀ ਗੱਲ ਕਰੀਏ ਤਾਂ 9 ਦਸੰਬਰ 2019 ਹੈ ਜੀ। ਅਤੇ ਇਹਨੂੰ ਅਪਲਾਈ ਕਿਵੇਂ ਕਰਨਾ ਜੀ? ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਅਤੇ ਦੋਸਤੋ ਵੈਸੇ ਤੁਹਾਨੂੰ ਦੱਸ ਦਈਏ ਕਿ ਆਫਲਾਈਨ ਪੋਸਟ ਹੈ, ਆਫਲਾਈਨ ਤੁਸੀਂ ਅਪਲਾਈ ਕਰਨਾ ਅਤੇ ਭੇਜਣਾ ਜੀ ਦਾ ਜੁਆਇੰਟ ਜਨਰਲ ਮੈਨੇਜਰ HRAAI ਕਾਰਗੋ ਲੋਜਿਸਟਿਕਸ ਐਂਡ ਅਲਾਈਡ ਸਰਵਿਸਿਜ਼ ਕੰਪਨੀ ਲਿਮਿਟਡ, AAICLAS ਕੰਪਲੈਕਸ, ਦਿੱਲੀ, ਫਲਾਇੰਗ ਕਲੱਬ ਰੋਡ, ਸਫਦਰਗੰਜ ਏਅਰਪੋਰਟ, ਨਿਊ ਦਿੱਲੀ। ਇਹ ਐਡਰੈਸ ਨੋਟ ਕਰ ਲਓ ਦੋਸਤੋ, ਇੱਥੇ ਤੁਸੀਂ ਭੇਜਣਾ। ਡਿਮਾਂਡ ਡਰਾਫਟ ਲਾਉਣਾ ਜੀ 500 ਰੁਪਏ ਦਾ, ਇਸ ਨਾਮ 'ਤੇ ਕਟਾਉਣਾ ਜਿਹੜਾ ਲਿਖਿਆ ਹੋਇਆ ਡਿਮਾਂਡ ਡਰਾਫਟ ਦੇ ਨਾਲ ਕਾਲੇ ਅੱਖਰਾਂ ਦੇ ਵਿੱਚ। ਅਤੇ SC ST ਐਕਸ ਸਰਵਿਸਮੈਨ ਅਤੇ ਫੀਮੇਲ ਕੈਂਡੀਡੇਟਸ ਲਈ ਕੋਈ ਫੀਸ ਨਹੀਂ ਹੈਗੀ। ਜਨਰਲ ਕੈਂਡੀਡੇਟ ਅਤੇ OBC ਕੈਂਡੀਡੇਟ ਨੇ ਸਿਰਫ 500 ਰੁਪਏ ਦਾ ਡਰਾਫਟ ਕਟਾਉਣਾ ਜੀ। ਅਤੇ ਬਾਕੀ ਦੋਸਤੋ ਸੈਲਫ ਅਟੈਸਟਡ ਫੋਟੋ ਕਾਪੀਆਂ ਲਾਉਣੀਆਂ ਨੇ ਤੁਸੀਂ ਸਰਟੀਫਿਕੇਟ ਦੀਆਂ, ਐਕਸਪੀਰੀਅੰਸ ਦੀਆਂ, ਅਤੇ ਕਾਸਟ ਸਰਟੀਫਿਕੇਟ ਦੀ ਸੈਲਫ ਅਟੈਸਟਡ ਲਾਉਣੀ ਹੈ ਜਿਹਦੀ ਕੋਈ ਜਿਵੇਂ ਕੋਈ SC ਹੈ। ਅਤੇ ਦੋਸਤੋ ਉਸ ਤੋਂ ਇਲਾਵਾ ਡਿਸਚਾਰਜ ਸਰਟੀਫਿਕੇਟ ਲਾਉਣਾ ਤੁਸੀਂ ਐਕਸ ਸਰਵਿਸਮੈਨ ਹੋ ਜੇ ਸੈਲਫ ਟੈਸਟਡ, ਅਤੇ ਐਕਸਪੀਰੀਅੰਸ ਦਾ ਸੈਲਫ ਟੈਸਟਡ ਲਾਉਣਾ ਜੀ। ਏਅਰਪੋਰਟ ਐਂਟਰੀ ਪਾਸ ਜੇ ਤੁਹਾਡੇ ਕੋਲ ਹੈਗਾ ਤਾਂ ਉਹਦੀਆਂ ਫੋਟੋ ਕਾਪੀਜ਼ ਲਾਉਣੀਆਂ ਨੇ, 2 ਪਾਸਪੋਰਟ ਸਾਈਜ਼ ਫੋਟੋਆਂ ਲਾਉਣੀਆਂ ਨੇ ਜੀ, ਡੋਮੀਸਲ ਲਾਉਣਾ ਹੈਗਾ ਜੇ ਤੁਹਾਡੇ ਕੋਲ ਹੈਗਾ ਤਾਂ। ਅਤੇ ਦੋਸਤੋ ਇਹ ਸੀ ਇਹਦੇ ਸੰਬੰਧੀ ਜਾਣਕਾਰੀ, ਜੇ ਕੋਈ ਦਿੱਕਤ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ। ਧੰਨਵਾਦ ਦੋਸਤੋ।